ਹਾਂਜੀ ਗਾਇਸ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ, ਮੇਰਾ ਚੈਨਲ ਗੁਰਸਿੱਧੂ ਪੀਵੀ ਤੇ। ਸਾਡੇ ਪਿੰਡ ਦੇ ਨੇੜੇ ਲੱਗੇ ਹੋਏ ਨੇ ਇਹ ਡੰਪ, ਦੇਖੋ ਬੜੇ ਬੜੇ, ਦੇਖੋ ਕਿੱਡੇ ਉੱਚੇ ਉੱਚੇ ਸਾਰਾ। ਦੇਖੋ ਐਤਕੀ ਅੱਗ ਨੀ ਲਾਈ ਲੋਕਾਂ ਨੇ ਬਾਈ, ਆਹ ਮਸ਼ੀਨਾਂ ਦਾ ਫਾਇਦਾ ਤਾਂ ਹੋ ਗਿਆ ਬਹੁਤ ਜੀ, ਹੈਨਾ, ਇਹ ਚੀਜ਼ਾਂ ਦਾ ਫਾਇਦਾ ਤਾਂ ਬਹੁਤ ਹੈ। ਹੁਣ ਤੁਸੀਂ ਇਹ ਦੇਖ ਲਓ ਵੀ ਆਹ ਜਿਹੜੇ ਬੜੇ ਬੜੇ ਡੰਪ ਲੱਗੇ ਹੋਏ ਨੇ, ਆਹ ਦੇਖੋ ਇੱਧਰ ਨੂੰ ਵੀ, ਮੈਂ ਕਹਿੰਦਾ ਘੱਟੋ ਘੱਟ ਵੀ 15 ਕਿੱਲਿਆਂ 'ਚ ਡੰਪ ਲੱਗਿਆ ਹੋਇਆ ਇਹ। ਆਪਣੇ ਫੈਕਟਰੀ ਬਣਾਈ ਵੀ ਆ ਜੀ, ਕਿੱਥੇ ਤੁਹਾਡੇ ਆਪਣੇ ਜਾਲਖੇੜੀ ਕਹਿੰਦੀ ਜੀ, ਜਾਲਖੇੜੀ ਕਹਿੰਦੀ, ਉਹ ਚੱਲ ਪਈ ਹੁਣ, ਹਾਂ ਚੱਲਦੀ ਹੈ ਜੀ। ਪ੍ਰੋਜੈਕਟ ਲਾਇਆ ਹੋਇਆ ਉੱਥੇ, ਫਿਰ ਇਹ ਪਹਿਲਾਂ ਤਾਂ ਬੰਦ ਹੋ ਗਈ ਤੇ ਉਹ ਹੁਣ ਫਿਰ ਇਹ ਪਰਾਲੀ, ਹਾਂ ਇਹ ਹੁਣ ਚੱਲ ਪਈ। ਫਿਰ ਹੁਣ ਆਹ ਤੁਹਾਨੂੰ ਦਿਖਾਉਣਾ ਇੱਥੇ, ਮੈਂ ਕਹਿੰਦਾ ਜੇ ਬੰਦਾ ਯਾਰ ਪਹਾੜ ਜੇ ਬਣੇ ਹੋਏ ਨੇ, ਜਿਵੇਂ ਫੀਲਿੰਗ ਆਉਂਦੀ ਹੈ ਜਿਵੇਂ ਪਹਾੜਾਂ ਚ ਨੀ ਫਿਰਦੇ ਹੁੰਦੇ, ਜਿਵੇਂ ਪਹਾੜਾਂ ਚ ਫਿਰਦੇ, ਇਹੋ ਜੀ ਫੀਲਿੰਗ ਆਉਂਦੀ ਹੈ। ਆਹ ਕਿਸੇ ਨੇ ਕੀ ਟੰਗਿਆ ਵਾ, ਇਹ ਜੀ ਉਹ ਵਿਕੀ ਵੀ ਆਊਗਾ ਸੇਲ। ਅੱਛਾ ਅੱਛਾ ਅੱਛਾ, ਆਹ ਦੇਖੋ, ਅੱਛਾ ਇਹ ਇਹ ਬਾਈ ਵਿਕੀ ਹੋਈ ਹੈ, ਆਹ ਦੇਖੋ ਇਹ ਲਿਖਿਆ ਐਮ ਐਸ ਏ ਲਿਮਿਟਡ, ਇਹ ਇਹਨਾਂ ਨੇ ਖਰੀਦੀ ਹੋਈ ਹੈ ਇਹ, ਆਹ ਢੇਰੀ ਹੈ ਜਿਹੜੀ, ਇਹ ਜਿਹਨੇ ਜਿਹਨੇ ਜਿਹੜੀ ਢੇਰੀ ਲੈ ਲਈ ਉਹ ਤੇ ਨਿਸ਼ਾਨੀ ਲਾ ਦਿੰਦੇ ਨੇ। ਅੱਛਾ ਅੱਛਾ ਅੱਛਾ, ਜਿਹੜੀ ਮਤਲਬ ਉਹਨੇ ਜਿਹੜੀ ਫਰਮ ਨੇ ਖਰੀਦੀ ਹੋਈ ਹੈ, ਖਰੀਦੀ ਵੀ ਹੈ ਜੀ, ਉਹਨਾਂ ਨੇ ਲਾਈ ਵੀ ਹੈ ਜੀ, ਵੀ ਆਹ ਭਾਈ ਆਹ ਡੰਪ ਸਾਡਾ, ਇਹ ਪਹਿਲਾਂ ਕੋਈ ਠੇਕੇਦਾਰ ਸਾਰੇ ਇਕੱਠੀ ਕਰ ਲੈਂਦਾ, ਇਹ ਇਕੱਠੀ ਕਰ ਲੈਂਦਾ ਹਨਾ, ਇਕੱਠੀ ਕਰਕੇ ਫਿਰ ਜਿਹਨੂੰ ਜਿਹਨੂੰ ਚਾਹੀਦੀ ਆ ਉਹ ਲੈ ਜੂਗਾ, ਉਹ ਲੈ ਜੂਗਾ ਬਸ। ਭਾਈ ਇਹ ਚੀਜ਼ਾਂ ਵੀ ਹੁਣ ਦੇਖ ਲੈ, ਇਹ ਵੀ ਹੁਣ ਵਧੀਆ ਕੰਮ, ਵਧੀਆ ਕੰਮ ਜੀ ਇਹ, ਵਧੀਆ ਹੋਰ ਜੀ ਦੇਖ ਲੈ। ਆਹ ਮੋਟਰ ਹੈ, ਆਹ ਜ਼ਮੀਨ ਅਗਲੇ ਨੇ ਵਿਹਲੀ ਉਹ ਛੁਡਾ ਲਈ ਉਰੇ, ਵੀ ਉਰੇ ਤੁਸੀਂ ਕੋਈ ਕੋਈ ਚੀਜ਼ ਬੀਜੋ ਹੀ ਨਾ, ਬੀਜੋ ਹੀ ਨਾ, ਹਨਾ ਸੂਰਜ ਪੈਂਦਾ। ਉਹ ਦੇਖੋ ਉਹ ਲੱਗੇ ਪਏ ਨੇ, ਆਹ ਦੇਖ ਆਹ ਵੀ ਲੱਗਿਆ ਹੋਇਆ, ਆਹ ਦੇਖ ਆਹ ਵੀ ਲੱਗਿਆ ਹੋਇਆ, ਇਹ ਦੇਖ ਇਹ ਲਿਖਿਆ ਹੋਇਆ, ਇਹ ਸਾਰੀ ਇੱਕੋ ਕੰਪਨੀ ਲਈ ਹੋਈ ਹੈ ਹਨਾ, ਐਮ ਐਸ ਸੀਲ ਲਿਮਿਟਡ ਇੱਕ ਇਹ ਜਿਹੜੀ ਹੈ। ਇਹ ਬਾਈ ਇਹ ਜਿਹੜੇ ਆ ਲੱਗੇ ਪਏ ਨੇ, ਆਹ ਪੇਜ ਜੇ ਲੱਗੇ ਹੋਏ ਨੇ, ਇਹ ਕਾਹਦੇ ਨੇ ਇਹ, ਨਹੀਂ ਇਹ ਇਹ ਵਿਕੀਆਂ ਹੋਈਆਂ ਨੇ ਢੇਰੀਆਂ, ਜਿਹਨੇ ਖਰੀਦੀਆਂ ਹੋਈਆਂ ਨੇ ਇਹ ਉਹਨਾਂ ਦਾ ਡਾਟਾ। ਅੱਛਾ ਸਰਕਾਰ ਨੇ ਖਰੀਦੀਆਂ ਹੋਈਆਂ ਨੇ, ਫਿਰ ਤੁਸੀਂ ਠੇਕਾ ਲਿਆ ਹੋਇਆ ਸੀ ਉਰੇ ਦਾ? ਅੱਛਾ ਅੱਛਾ ਅੱਛਾ, ਚਲੋ ਵਧੀਆ ਵਧੀਆ। ਭੱਜਿਆ ਭੱਜਿਆ ਆਇਆ ਆਪਣੇ ਕੋਲ, ਕਹਿੰਦਾ ਹਾਂਜੀ, ਉਹਨੇ ਕਿਹਾ ਪਤਾ ਨੀ ਕੀ ਕਰਨਾ ਇਹਨੇ, ਹਨਾ ਇਹ ਅਲੱਗ ਅਲੱਗ ਬੰਦਿਆਂ ਨੇ ਖਰੀਦੀਆਂ ਹੋਈਆਂ ਨੇ ਢੇਰੀਆਂ ਬਾਈ, ਅਲੱਗ ਅਲੱਗ ਖਰੀਦੀ, 50 ਲੱਖ ਟਨ ਮਾਲ ਪਿਆ ਉਰੇ ਬਾਈ, 50 ਲੱਖ ਟਨ ਮਾਲ ਉਰੇ ਪਿਆ ਜਿਹੜਾ ਇਹ ਸਾਰਾ ਦਿਖਦਾ ਨਾ ਤੁਹਾਨੂੰ, 50 ਲੱਖ ਟਨ ਮਾਲ ਹੈ ਇਹ ਸਾਰਾ, ਦੇਖ ਲਓ ਤੁਸੀਂ 50 ਲੱਖ। ਜਾਣੀ ਕਿ ਉਹੀ ਗੱਲ ਹੋ ਗਈ, ਹਰ ਇੱਕ ਚੀਜ਼ ਕੰਮ ਆਉਂਦੀ ਆ ਹੁਣ, ਕੰਮ ਆਉਂਦੀ ਆ, ਪਹਿਲਾਂ ਵਾਲਾ ਸਿਸਟਮ ਨਹੀਂ ਰਿਹਾ ਜੀ। ਹਾਂ ਹੁਣ ਹਰ ਇੱਕ ਚੀਜ਼ ਕੰਮ ਆਉਂਦੀ ਆ, ਹਰ ਇੱਕ ਚੀਜ਼। ਹੁਣ ਦੇਖੋ ਇਹਦੀ ਫਸਲ ਆ ਜਿਹੜੀ ਉਹ ਵੀ ਕੰਮ ਆ ਗਈ, ਫਿਰ ਹੁਣ ਉਹ ਤੋਂ ਬਾਅਦ ਜਿਹੜੀ ਹੁਣ ਇਹ ਫੂਸ ਇਕੱਠਾ ਕਰਿਆ ਦੇਖ ਲੈ, ਇਹ ਵੀ ਕੰਮ ਆਊਗਾ ਹੁਣ, ਕੰਮ ਆਉਂਦਾ ਜੀ। ਉਹ ਬਾਈ ਹੈਗੀ ਤਾਂ ਇਹ ਪਰਾਲੀ ਓ ਹੈ, ਅੱਗੇ ਲੋਕ ਹੱਥਾਂ ਨਾਲ ਝਾੜ ਕੇ ਪਰਾਲੀ ਸਾਂਭ ਲੈਂਦੇ ਤੇ ਜੀ,
ਪ੍ਰਦੂਸ਼ਣ ਵਧੀਆ ਪ੍ਰਦੂਸ਼ਣ ਕੰਟਰੋਲ 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 ਖਰੀਦ ਜਾਂਦੇ ਆ ਓਹੀ ਫਰਮਾ ਖਰੀਦ ਜਾਂਦੀ ਆ ਪਈਆਂ ਪਈਆਂ ਚੀਜ਼ਾਂ ਮਤਲਬ ਇਹ ਫਿਰ ਲੈ ਕੇ ਜਾਂਦੇ ਆ ਬਾਅਦ ਚੋਂ ਹੁਣ ਬਾਈ ਧੁੱਪ ਨਿਕਲ ਆਈ ਅੱਜ ਫੇਰ ਧੁੱਪ ਚ ਬਾਈ ਨਜ਼ਾਰਾ ਤਾਂ ਆਉਂਦਾ ਬਹੁਤ ਹੈ ਨਾ ਕਿਸੇ ਦੇ ਉੱਪਰ ਚੜ ਕੇ ਐ ਬਣਾ ਲਵੇ ਹੈ ਨਾ ਵੀਡੀਓ ਹੈ ਨਾ ਸਹੀ ਗੱਲ ਬਾਈ ਵੀ ਵਿਚਾਰਾ ਧਿਆਨ ਉਹ ਵੀ ਵਿਚਾਰੇ ਨੂੰ ਆਇਆ ਵੀ ਸਾਲੇ ਅੱਗੇ ਨਾ ਲਾ ਜਾਣ ਇਹਦੇ ਸਿਆਪਾ ਹੀ ਉਹ ਵੀ ਸੱਚਾ ਜੀ ਉਹ ਚਲੋ ਆਏ ਆ ਜੀ ਰੱਖਿਆ ਦਾ ਵਿਚਾਰਾ ਕਮਾਲ ਆ ਹਨਾ ਇਹ ਸਾਰੀ ਕਰੀਨਾ ਨਾਲ ਡੰਪ ਲਾਏ ਵੇ ਹੋਣੇ ਹਨਾ ਆ ਦੇਖੀ ਇੱਕ ਹੋਰ ਚੀਜ਼ ਦਿਖਾਵਾਂ ਅੱਜ ਆਪਾਂ ਗੱਲ ਕਰਦੇ ਤੇ ਵੀ ਕੁਦਰਤੀ ਚੀਜ਼ ਬਹੁਤ ਬੜੀ ਚੀਜ਼ ਹੈ ਕੁਦਰਤ ਜਿਹੜੀ ਚੀਜ਼ ਜਿਹੜੀ ਹੁੰਦੀ ਹੈ ਉਹਦਾ ਉਹ ਕੋਈ ਨਾ ਕੋਈ ਉਹਦਾ ਕੰਮ ਹੁੰਦਾ ਤੈਨੂੰ ਹੁਣ ਦਿਖਾਉਣਾ ਮੈਂ ਇੱਕ ਚੀਜ਼ ਇਹ ਭੂਮੋਲ ਹੈ ਜਿਹੜਾ ਬੰਦਾ ਇਹਨੂੰ ਖਾਲੂਗਾ ਉਹਦੀਆਂ ਕਿਡਨੀਆਂ ਖਰਾਬ ਨੀ ਹੁੰਦੀਆਂ ਕਿਡਨੀਆਂ ਖਰਾਬ ਨੀ ਹੁੰਦੀਆਂ ਇਹ ਐਡੀ ਘੈਂਟ ਚੀਜ਼ ਇੱਥੇ ਲੱਗੀਆਂ ਵੀ ਹੋਣੀਆਂ ਭੂਮੋਲਾ ਤੇ ਫੁੱਲ ਆਇਆ ਵਾ ਹੁਣ ਇਹਨੂੰ ਅੱਗੇ ਜਿਹੜੇ ਬਜ਼ੁਰਗ ਹੋਣੇ ਹੁਣ ਤਾਂ ਚੱਲ ਪਤਾ ਨੀ ਹੋਣਾ ਕਿਸੇ ਨੂੰ ਜਿਹੜੇ ਸਿਆਣੇ ਨੇ ਉਹਨਾਂ ਨੂੰ ਪਤਾ ਵੀ ਇਹ ਕਿਆ ਚੀਜ਼ ਹੈ ਜਿਹੜਾ ਇਹਨੂੰ ਖਾਊਗਾ ਲੈ ਉਹ ਬੰਦੇ ਦੀਆਂ ਕਿਡਨੀਆਂ ਕਦੇ ਖਰਾਬ ਨੀ ਹੋਣਗੀਆਂ ਹਾਂਜੀ ਆਹ ਦੇਖੋ ਜੀ ਆਹ ਦੇਖ ਆਹ ਕਾਲੀ ਹੈ ਨਾ ਇਹ ਖਾ ਕੇ ਦੇਖ ਇਹ ਕਾਲੀ ਹੋਣ ਲੱਗ ਗਈ ਨਾ ਇਹ ਤਾਂ ਕਾਲੀਆਂ ਵੀ ਹੋਣਗੀਆਂ ਇੱਥੇ ਕਾਲੀਆਂ ਵਾਧੂ ਜੀ ਹਨਾ ਆਹ ਦੇਖ ਕਾਲੀਆਂ ਕਾਲੀਆਂ ਬਥੇਰੀਆਂ ਹੋਣੀਆਂ ਉਹ ਅੱਗੇ ਕਾਲੀਆਂ ਨੇ ਉਹ ਕਾਲੀਆਂ ਹੈਗੀਆਂ ਨੇ ਨਾ ਆਹ ਦੇਖ ਆਹ ਨੇ ਇਹ ਜਿਹੜਾ ਖਾਊਗਾ ਲੈ ਕਿਡਨੀ ਖਰਾਬ ਨੀ ਹੋਊਗੀ ਸੁਖਵਿੰਦਰ ਤਾਂ ਜਦੇ ਮੂੰਹ ਚ ਪਾ ਲੈਂਦਾ ਆ ਚੱਲੀਏ ਲੈ ਆ ਗਿਆ ਬਬਲੂ ਵੀ ਜੀ ਸਾਡੇ ਬੀਜੀ ਖੜੇ ਨੇ ਭਵਜੋਤ ਜੀ ਸਾਡੇ ਲੇਜ ਲਿਆਏ ਪੰਡਿਤ ਜੀ ਸਾਡੇ ਮਖਾਣੇ ਦਾਖਾ ਇਹ ਅਸੀਂ ਨੇ ਭਾਈ ਦੇਣਾ ਕਿਆ ਕਹਿੰਦੇ ਹੁੰਦੇ ਨੇ ਜਿਹੜਾ ਮੁੰਡੇ ਦਾ ਵਿਆਹ ਹੁੰਦਾ ਜਾਂ ਕੁੜੀ ਦਾ ਵਿਆਹ ਹੁੰਦਾ ਕੀ ਦਿੰਦੇ ਹੁੰਦੇ ਨੇ
ਮਾਂਜਾ ਦੇਣਾ ਆਪਾਂ ਨੇ, ਇਹ ਮਾਂਜੇ ਦਾ ਸਮਾਨ ਆ ਬਾਈ, ਮਾਂਜਾ ਦੇਣਾ ਬਾਈ ਮਾਂਜਾ। ਪੰਡਿਤ ਜੀ ਮਾਂਜਾ ਹੀ, ਮਾਂਜਾ ਹੀ ਕਹਿੰਦੇ ਹੁੰਦੇ ਨੇ ਨਾ ਜਿਹੜਾ ਦਿੰਦੇ ਹੁੰਦੇ, ਆਪਾਂ ਮਾਂਜਾ ਹੀ ਦੇਣਾ ਆਪਾਂ ਨੇ, ਮਾਂਜਾ ਦੇ ਕੇ ਮਾਂਜਣਾ, ਮਾਂਜਾ ਦੇ ਕੇ ਮਾਂਜਣਾ ਆਪਾਂ ਨੇ। ਇਹ ਬਾਈ ਸਿਆਣਿਆਂ ਨੇ ਮਾਂਜਾ ਜਿਹੜਾ ਨਾਂ ਰੱਖਿਆ ਹੈ, ਮਾਂਜਾ ਇਹਦਾ ਮਤਲਬ ਕੀ ਹੈ? ਪੰਡਿਤ ਜੀ ਤੁਹਾਨੂੰ ਪਤਾ ਹੋਊਗਾ ਯਾਰ, ਤੁਸੀਂ ਪੂਰੇ ਨੌਲੇਜ ਰੱਖਦੇ ਹੋ, ਮਾਂਜੇ ਦਾ ਮਤਲਬ ਕੀ ਹੈ ਵੈਸੇ? ਹਾਂ ਐਂ ਕਹਿ ਦਿਆ ਕਰਨ ਵੀ ਮੁੰਡੇ ਨੂੰ ਮਾਂਜਣ ਚੱਲਿਆ, ਮਾਂਜੇ ਦਾ ਮਤਲਬ ਨਹੀਂ ਯਾਰ ਪਤਾ ਵੀ ਕੀ ਹੈ, ਹੈ ਨਾ? ਹਾਂ ਦਿੰਦੇ ਆਪਾਂ ਕੁੜੀ ਨੂੰ ਵੀ ਮੁੰਡੇ ਨੂੰ ਵੀ। ਹਾਂ ਕੋਈ ਮਾਂਜਾ ਯਾਰ, ਕਮਾਲ ਦੀ ਗੱਲ ਆ। ਊਂ ਐਂ ਤਾਂ ਪਿੰਡ ਦੇ ਵੀ ਜਿਹੜੇ ਹੁੰਦੇ ਨੇ ਉਹ ਵੀ ਮਾਂਜਾ ਦੇ ਕੇ ਆਉਂਦੇ ਨੇ ਸਾਰੇ, ਹੈ ਨਾ? ਹਾਂ ਸਾਰੇ ਦੇ ਕੇ ਆਉਂਦੇ ਨੇ, ਹਾਂ ਸਾਰੇ ਮਾਂਜਾ ਦੇ ਕੇ ਆਉਂਦੇ ਨੇ। ਹਾਂ ਜੇ ਕਿਸੇ ਮੇਰੇ ਵੀਰ ਨੂੰ ਪਤਾ ਹੋਵੇ ਵੀ ਜਿਹੜਾ ਮਾਂਜੇ ਦਾ ਕੀ ਅਰਥ ਹੁੰਦਾ ਹੈ, ਮੈਨੂੰ ਪਤਾ ਤਾਂ ਹੈਗਾ ਪਰ ਮੈਂ ਦੇਖਣਾ ਚਾਹੁੰਦਾ ਵੀ ਕਿੰਨੇ ਕੁ ਲੋਕਾਂ ਨੂੰ ਇਹ ਚੀਜ਼ ਦਾ ਮਤਲਬ ਦਾ ਪਤਾ ਹੈ। ਜਿਹੜਾ ਵਿਆਹ ਦੇ ਵਿੱਚ ਮੁੰਡੇ ਨੂੰ ਪਿੰਡ ਵਾਲੇ ਵੀ ਰਿਸ਼ਤੇਦਾਰ ਵੀ ਮਾਂਜਾ ਦੇ ਕੇ ਆਉਂਦੇ ਨੇ, ਉਹ ਮਾਂਜੇ ਦਾ ਅਸਲ ਮਤਲਬ ਕੀ ਹੈ, ਮਾਂਜੇ ਦਾ ਕੀ? ਹੁਣ ਆਪਾਂ ਚੱਲਦੇ ਹਾਂ ਆਪਣੇ ਪਿੰਡ ਨੂੰ, ਅਤੇ ਅੱਜ ਗੁਰੂ ਜੀ ਦਾ ਸੀਗਾ ਜਨਮ ਦਿਨ, ਗੁਰੂ ਗੋਬਿੰਦ ਸਿੰਘ ਜੀ ਦਾ, ਅਤੇ ਆਪਾਂ ਤਾਂ ਇੱਕ ਮਿੰਟ ਸਮਾਨ ਚੱਕ ਲਿਆ ਤਾ ਅੱਜ ਤਾਂ ਕੌਣ ਆ ਇਹ, ਇਹ ਕੀ ਕਰਦਾ ਇਹਨੇ? ਲਓ ਜੀ ਪ੍ਰਸ਼ਾਦਾ ਆ ਗਿਆ ਆਪਣਾ, ਹੁਣ ਪ੍ਰਸ਼ਾਦਾ ਛਕ ਲਈਏ, ਅਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਮਿਲਾਂਗੇ। ਤੁਸੀਂ ਕਹੋਗੇ ਸਾਗ ਬਹੁਤ ਬਣਦਾ ਸਾਡੇ, ਸੱਚੀ ਓ ਸਾਡੇ ਸਾਗ ਬਹੁਤ ਬਣਦਾ, ਕਿਉਂਕਿ ਹਾਂ ਹਫ਼ਤੇ 'ਚ ਇੱਕ ਵਾਰ ਤਾਂ ਅਸੀਂ ਜ਼ਰੂਰ ਸਾਗ ਬਣਾਉਂਦੇ ਹਾਂ, ਪੱਕਾ ਬਣਾਉਂਦੇ ਹਾਂ। ਹਲੀਏ ਜੀ ਹੁਣ ਰੋਟੀ ਖਾਣ ਤੋਂ ਬਾਅਦ ਆਪਾਂ ਜ਼ਰੂਰ ਮਿਲਦੇ ਹਾਂ। ਓਕੇ ਜੀ, ਥੈਂਕ ਯੂ। ਠੀਕ ਹੈ ਜੀ, ਅੱਜ ਦਾ ਬਲੌਗ ਕਰਦੇ ਹਾਂ ਆਪਾਂ ਇੱਥੇ ਪੂਰਾ, ਅਤੇ ਕੱਲ੍ਹ ਮਿਲਾਂਗੇ ਨਵੇਂ ਬਲੌਗ 'ਚ। ਕਿੱਦਾਂ ਦਾ ਲੱਗਿਆ ਮੇਰਾ ਅੱਜ ਦਾ ਬਲੌਗ? ਅੱਜ ਮੈਂ ਛੋਟਾ ਬਲੌਗ ਬਣਾਇਆ ਜੀ, ਕਿੱਦਾਂ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸ਼ੇਅਰ ਜ਼ਰੂਰ ਕਰਿਓ, ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਬਾਏ ਬਾਏ।